ਪਰਮ ਸਤਿਕਾਰਯੋਗ ਇਸ ਸੈਮੀਨਾਰ ਦੇ ਡਾਇਰੈਕਟਰ ਸੰਤ ਬਾਬਾ ਸੋਹਣ ਸਿੰਘ ਜੀ, ਡੈਸ 'ਤੇ ਬੈਠੇ ਮੇਰੇ ਸਹਿਕਰਮੀ ਡਾਕਟਰ ਕਾਂਗ, ਪ੍ਰੋਫੈਸਰ ਵੀ ਕੇ ਸਿੰਘ, ਸਤਿਕਾਰਯੋਗ ਭੈਣ ਜੀ ਸ਼੍ਰੀਮਤੀ ਜੋਤੀ ਹਰੀ ਜੀ, ਅਤੇ ਮੇਰੇ ਸਾਹਮਣੇ ਬੈਠੇ ਮੇਰੇ ਵਿਦਵਾਨ ਦੋਸਤੋ ਗਿੱਲ ਸਾਹਿਬ, ਸ਼ਿਰਾਗ ਜੀ ਅਤੇ ਭੈਣ ਜੀ, ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸੈਸ਼ਨ ਦੇ ਵਿੱਚ ਤਿੰਨ ਬਹੁਤ ਹੀ ਮਹੱਤਵਪੂਰਨ ਪੇਪਰ ਪੜ੍ਹੇ ਗਏ ਨੇ। ਡਾਕਟਰ ਕਾਂਗ ਸਾਹਿਬ ਨੇ ਜਿਹੜੀ ਗੱਲ ਸ਼ਬਦ ਰਸਾਇਣ ਦੀ ਸ਼ੁਰੂ ਕੀਤੀ ਸੀ, ਜੇ ਮੈਂ ਗਲਤ ਨਾ ਹੋਵਾਂ ਤਾਂ ਭੈਣ ਪ੍ਰੀਤਮ ਹਰੀ ਜੀ ਨੇ ਵੀ ਉਸੇ ਗੱਲ ਨੂੰ ਅੱਗੋਂ ਵਧਾਇਆ, ਔਰ ਸਹੀ ਅਰਥਾਂ ਵਿੱਚ ਜਿਹੜੀ ਗੱਲ ਪ੍ਰੋਫੈਸਰ ਵੀ ਕੇ ਸਿੰਘ ਹੋਰੀ ਬੁੱਧਿਜ਼ਮ ਬਾਰੇ ਕਰਕੇ ਗਏ ਨੇ, ਔਰ ਉਹਦੇ 'ਚ ਜੋ ਸ਼ਬਦ ਦੀ ਪਰਿਭਾਸ਼ਾ ਇੰਟਰੋਵਰਟ ਅਤੇ ਐਕਸਟਰੋਵਰਟ ਦੀ ਜਿਹੜੀ ਗੱਲ ਕੀਤੀ ਹੈ, ਜਿਗਿਆਸਾ ਦੀ ਗੱਲ ਕੀਤੀ ਹੈ, ਲੈ ਦੇ ਕੇ ਉਹ ਵੀ ਸ਼ਬਦ ਰਸਾਇਣ 'ਤੇ ਜਾ ਪਹੁੰਚਦੀ ਹੈ। ਅਸਲ ਦੇ ਵਿੱਚ ਇਹ ਇੱਕ ਵਾਕਿਆ ਹੀ, ਜਿਵੇਂ ਸਵੇਰੇ ਸੰਤ ਬਾਬਾ ਸੋਹਣ ਸਿੰਘ ਜੀ ਨੇ ਕਿਹਾ ਸੀ ਕਿ ਰਜੋ ਤਮੋ ਅਤੇ ਸਤੋ ਗੁਣ ਦੇ ਜਿਹੜੇ ਰਸਾਇਣ ਨੇ, ਇਹ ਗੁਰਮਤ ਵਿੱਚ ਆਪਣਾ ਇੱਕ ਵੱਖਰਾ ਪ੍ਰਪੇਕ ਰੱਖਦੇ ਨੇ। ਕੀ ਇਹ ਹੈਰਾਨੀਜਨਕ ਗੱਲ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਉਦਾਸੀਆਂ 'ਤੇ ਗਏ ਸਨ, ਉਹਨਾਂ ਪਾਸ ਕਿਹੜੀ AK-47 ਸੀ? ਜਿਨ੍ਹਾਂ ਨਾਲ ਉਹਨਾਂ ਡਾਇਲੋਗ ਕੀਤੇ, ਉਹ ਉਸ ਸਮੇਂ ਦੇ ਆਪਣੇ ਸਮਕਾਲੀ ਸਮਾਜ ਦੇ ਸਭ ਤੋਂ ਪ੍ਰਚੰਡ ਜਿਹੜੇ ਸਨ ਉਹ ਮਨੁੱਖ ਵਿਰੋਧੀ ਸਨ। ਜਿੰਨਾ ਮਾਨਵਤਾ ਦਾ ਘਾਣ ਉਸ ਸਮੇਂ ਦੇ ਉਹਨਾਂ ਪ੍ਰਚੰਡ ਧਾਰਮਿਕ ਧੁਰੰਤਰਾਂ ਨੇ, ਸਮਾਜਿਕ ਨੇਤਾਵਾਂ ਨੇ ਅਤੇ ਰਾਜਨੀਤਿਕਾਂ ਨੇ ਅਤੇ ਰੂਲਰਸ ਨੇ ਕੀਤਾ, ਹੋਰ ਕੋਈ ਨਹੀਂ ਸੀ ਕਰ ਸਕਦਾ। ਪਰ ਇਸ ਚੀਜ਼ ਦੇ ਬਾਵਜੂਦ ਗੁਰੂ ਨਾਨਕ ਪਾਤਸ਼ਾਹ ਉਦਾਸੀਆਂ 'ਤੇ ਗਏ, ਕੋਈ ਉਹਨਾਂ ਪਾਸ ਮਾਰੂ ਹਥਿਆਰ ਨਹੀਂ, ਸਿਰਫ ਇੱਕੋ ਭਾਈ ਮਰਦਾਨਾ ਅਤੇ ਉਹਦੇ ਕੋਲ ਵੀ ਰਬਾਬ ਹੈ ਇਕੱਲੇ। ਹੁਣ ਰਬਾਬ ਅਜਿਹਾ ਹਥਿਆਰ ਹੈ, ਉਸ ਹਥਿਆਰ ਦਾ ਧੁਰਾ ਕੀ ਹੈ? ਸ਼ਬਦ ਨਾਦ, ਹੋਰ ਤਾਂ ਕੁਛ ਨਹੀਂ। ਇਹ ਸ਼ਬਦ ਨਾਦ ਦੀ ਬਰਕਤ ਸੀ ਕਿ ਉਹਨਾਂ ਦੀ ਵਿਚਾਰਧਾਰਾ ਦੇ ਅੱਗੇ ਜੋਗੀ ਵੀ ਨਤਮਸਤਕ ਹੋਏ, ਬ੍ਰਾਹਮਣ ਵੀ ਨਤਮਸਤਕ ਹੋਏ, ਕਾਜੀ ਵੀ ਨਤਮਸਤਕ ਹੋਏ, ਇੱਥੋਂ ਤੱਕ ਕਿ ਉਹ ਮਲਕ ਭਾਗੋ ਨੂੰ ਜਿਸ ਵੇਲੇ ਮਿਲੇ ਨੇ, ਮਲਕ ਭਾਗੋ ਨੇ ਜਿਸ ਵੇਲੇ ਆਪਣੇ ਬ੍ਰਹਮ ਭੋਜ 'ਤੇ ਸੱਦਿਆ ਅਤੇ ਉਹਨਾਂ ਇਨਕਾਰ ਕਰਤਾ, ਅਤੇ ਮੁੜ ਕੇ ਜਦੋਂ ਦੁਬਾਰਾ ਫਿਰ ਉਹ ਗਏ ਨੇ, ਜਾ ਕੇ ਮਿਲੇ ਨੇ, ਉਹ ਕਹਿੰਦੇ ਵੀ ਕਿਹੜਾ ਬ੍ਰਹਮ ਭੋਜ, ਲੋਕਾਂ ਦਾ ਖੂਨ ਚੂਸ ਕੇ ਜਿਹੜਾ ਤੂੰ ਇਹ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੋਇਆ, ਤੂੰ ਇਹਨੂੰ ਬ੍ਰਹਮ ਭੋਜ ਕਹਿੰਦਾ? ਇਹ ਬ੍ਰਹਮ ਭੋਜ ਨਹੀਂ ਹੈ। ਕਹਿਣ ਤੋਂ ਭਾਵ ਮੇਰਾ ਕਿ ਉਹਨਾਂ ਦਾ ਡਾਇਲੋਗ ਸਿਰਫ ਸਾਰੀ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਹੋਇਆ ਮਲਕ ਭਾਗੋ ਨਾਲ, ਅਤੇ ਉਹ ਡਾਇਲੋਗ ਦੇ ਵਿੱਚ ਇੰਨੀ ਸ਼ਕਤੀ ਸੀ ਉਸ ਸ਼ਬਦ ਨਾਦ ਦੀ ਕਿ ਮੁੜ ਕੇ ਮਲਕ ਭਾਗੋ ਨੂੰ ਕਦੇ ਨਹੀਂ ਮਿਲੇ, ਪਰ ਮਲਕ ਭਾਗੋ ਉਹ ਸਾਰਾ ਆਪਣਾ ਪੁਰਾਣਾ ਜਿਹੜਾ ਕਾਰੋਬਾਰ ਛੱਡ ਕੇ ਇੱਕ ਚੰਗਾ ਇਨਸਾਨ, ਇੱਕ ਚੰਗਾ ਰੂਲਰ ਬਣ ਕੇ ਚੱਲਿਆ ਸੀ। ਹੁਣ ਸੱਜਣ ਠੱਗ ਨੂੰ ਇੱਕੋ ਗੱਲ ਕਹੀ ਸੀ ਨਾ, ਉਹ ਨਾ ਤੇਰਾ ਸੱਜਣ ਅਤੇ ਕੰਮ ਕੀ ਹੈ, ਹੋਰ ਤਾਂ ਕੁਛ ਨਹੀਂ ਕਿਹਾ ਨਾ। ਇਹ ਸ਼ਬਦ ਦੀ ਸ਼ਕਤੀ ਸੀ ਕਿ ਇੱਕੋ ਸ਼ਬਦ ਨੇ ਉਹਦੀ ਕਾਇਮ ਪਲਟ ਕੇ ਰੱਖਦੀ ਸੀਗੀ। ਹੁਣ ਭਾਈ ਲਹਿਣਾ ਗੁਰੂ ਅੰਗਦ ਦੇ ਅਰਦਲ ਵਿੱਚ ਕਿਉਂ ਗਿਆ ਸੀ ਇਹ ਸਾਰੇ ਜਾਣਦੇ ਨੇ। ਭਾਈ ਫਿਰੰਦਾ ਨਾਂ ਸੀਗਾ ਜਿਸ ਨੇ ਬਣਾਈ ਸੀਗੀ। ਇਹ ਕੁਸ਼ਚਨ ਹੈ ਵੀ ਜਿਹੜੀ ਭਾਈ ਮਰਦਾਨੇ ਕੋਲ ਰਬਾਬ ਸੀ ਉਹ ਕਿਹਨੇ ਬਣਾਈ ਸੀ, ਉਦੋਂ ਬਣਾਉਣ ਵਾਲਾ ਕੌਣ ਸੀ? ਉਹ ਭਾਈ ਫਿਰੰਦਾ ਸੀ, ਅਤੇ ਉਹਦੀਆਂ ਤਾਰਾਂ ਉਸ ਵੇਲੇ 6 ਸਨ, 4 ਨਹੀਂ ਸਨ। ਔਰ ਜਿਹੜੀਆਂ ਪੁਰਾਣੀਆਂ ਰਬਾਬ ਹੁੰਦੀਆਂ ਸੀਗੀਆਂ ਉਹਨਾਂ ਦੀਆਂ ਤਾਰਾਂ ਅੱਜ ਵਾਂਗੂ ਇਹ ਸਿੰਥੈਟਿਕ ਵਾਲੀਆਂ ਨਹੀਂ ਸੀ ਹੁੰਦੀਆਂ। ਉਹ ਕਹਿੰਦੇ ਨੇ ਕਿ ਬਿੱਲੀ ਦੇ ਨਾੜਾਂ ਦੇ ਨਾਲ
ਬਣਾਈਆਂ ਜਾਂਦੀਆਂ ਸਨ ਔਰ ਉਹਨਾਂ ਦੀ ਗੂੰਜ ਇਸ ਪ੍ਰਕਾਰ ਦੀ ਹੁੰਦੀ ਸੀ ਜਿਹੜੀ ਕਿ ਮਨ ਨੂੰ ਮੋਹ ਲਿਆ ਕਰਦੀ ਸੀ। ਇਸੇ ਕਰਕੇ ਤੰਦਾਂ ਤੋਂ ਬਣੀ ਹੋਈ ਤੰਤੀ ਸੀਗੇ, ਹਾਂ ਉਹ ਉਹਨਾਂ ਦੇ ਤੰਦਾਂ ਨਾਲ ਬਣੀ ਹੁੰਦੀ ਸੀਗੀ, ਇਸੇ ਕਰਕੇ ਉਹਨੂੰ ਤੰਤੀ ਸਾਜ਼ਾਂ ਦੇ ਵਿੱਚ ਵੀ ਅਸੀਂ ਗਿਣਦੇ ਹਾਂ। ਦੂਜਾ ਇਹ ਵੀ ਕੀ ਉਸ ਰਬਾਬੀ ਨੇ ਉਹਨਾਂ ਪਾਸੋਂ ਕੋਈ ਭੇਟਾ ਲਈ ਸੀ ਕਿ ਨਹੀਂ, ਜੋ ਜਨਮ ਸਾਖੀਆਂ ਜ਼ਿਕਰ ਹੁੰਦੇ ਆ ਉਹਦੇ ਮੁਤਾਬਕ ਕੋਈ ਭੇਟਾ ਨਹੀਂ ਸੀ ਲਈ, ਬਲਕਿ ਦੇਅਰ ਇਜ਼ ਨੋ ਅਦਰ ਐਵੀਡੈਂਸ। ਮੈਂ ਜਿਹੜੀ ਗੱਲ ਕਰ ਰਿਹਾ ਸਾਂ ਇਹ ਸ਼ਬਦ ਸਾਇਣ ਦੀ ਜਿਹੜੀ ਗੱਲ ਚੱਲੀ ਸੀਗੀ ਕਿ ਤਿੰਨਾਂ ਪੇਪਰਾਂ ਦਾ ਅਸਲ ਬੇਸ ਇਹੀ ਹੈ, ਭਾਵੇਂ ਉਹ ਕੰਗ ਸਾਹਿਬ ਦਾ ਪੇਪਰ ਸੀ, ਭਾਵੇਂ ਬੀਬਾ ਜੀ ਦਾ, ਭਾਵੇਂ ਪ੍ਰੋਫੈਸਰ ਵੀ ਕੇ ਸਿੰਘ ਹੋਰਾਂ ਦਾ। ਹੁਣ ਇਹ ਸ਼ਬਦ ਨਾਦ ਦੀ ਹੀ ਇੱਕ ਰਸਾਇਣ ਸੀਗੀ ਜਿਹਨੇ ਭਾਈ ਲਹਿਣੇ ਨੂੰ ਗੁਰੂ ਨਾਨਕ ਦੇ ਦਰ 'ਤੇ ਲਿਆਂਦਾ ਸੀ, ਹੋਰ ਕੁਛ ਨਹੀਂ ਸੀ, ਇਹ ਸ਼ਬਦ ਨਾਦ ਦੀ ਖਿੱਚ ਸੀਗੀ। ਭਾਈ ਅਮਰੂ ਜੇਕਰ ਗੁਰੂ ਅਮਰਦਾਸ ਬਣਿਆ ਸੀ ਤਾਂ ਉਹਦਾ ਵੀ ਬੈਕਗਰਾਊਂਡ ਜਿਹੜੀ ਸੀਗੀ ਉਹ ਸ਼ਬਦ ਨਾਦ ਦੀ ਸੀ। ਭਾਈ ਜੇਠਾ ਵੀ ਜਿਹੜੀ ਗੱਲ ਇਹ ਨਾਮ ਸਿਮਰਨ ਦੀ ਕਰਕੇ ਗਏ ਨੇ ਨਾ, ਉੱਥੇ ਸੇਵਾ ਅਤੇ ਸਿਮਰਨ ਹੈ, ਭਾਈ ਜੇਠੇ ਦੇ ਨਾਲ ਨਾਲ ਇੱਕ ਸੇਵਾ ਅਤੇ ਸਿਮਰਨ ਵੀ ਹੈ। ਉਹ ਸੇਵਾ ਅਤੇ ਸਿਮਰਨ ਹੀ ਸੀ ਜਿਹਨੇ ਭਾਈ ਜੇਠੇ ਨੂੰ ਗੁਰੂ ਰਾਮਦਾਸ ਬਣਾਇਆ ਸੀ। ਹੁਣ ਕੀ ਸਧਾਰਨ ਵਿਅਕਤੀ ਤੱਤੀ ਤਵੀ ਉੱਤੇ ਅਡੋਲ ਬੈਠ ਸਕਦਾ? ਅਗਰ ਉਹ ਬੈਠੇ ਨੇ ਤਾਂ ਕਿਸ ਸ਼ਕਤੀ ਦੇ ਸਹਾਰੇ ਬੈਠੇ ਨੇ? ਉਹ ਨਾਮ ਸਿਮਰਨ ਦੀ ਸ਼ਕਤੀ ਸੀ, ਹੋਰ ਕੋਈ ਨਹੀਂ। ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ ਆ। ਉਹਨਾਂ ਨਾਮ ਪਦਾਰਥ ਹੀ ਮੰਗਿਆ ਸੀ, ਹੋਰ ਕੋਈ ਨਹੀਂ। ਔਰ ਕੀ ਇਹ ਕਮਾਲ ਦੀ ਗੱਲ ਨਹੀਂ ਕਿ ਗੁਰੂ ਤੇਗ ਬਹਾਦਰ ਨੂੰ ਜਿਸ ਵੇਲੇ ਦਿੱਲੀ ਕੈਦ ਕੀਤਾ ਜਾਂਦਾ ਅਤੇ ਉਹਨਾਂ ਦੇ ਨਾਲ ਤਿੰਨ ਉਹਨਾਂ ਦੇ ਸਿੱਖ ਨੇ, ਭਾਈ ਦਿਆਲਾ, ਭਾਈ ਮਤੀਦਾਸ, ਭਾਈ ਸਤੀਦਾਸ। ਉਹਨਾਂ ਤਿੰਨਾਂ ਨੂੰ ਪੁੱਛਿਆ ਜਾਂਦਾ ਕਿ ਗੁਰੂ ਤੇਗ ਬਹਾਦਰ ਨੂੰ ਭੈਪੀਤ ਕਰਨ ਵਾਸਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਉਹਨਾਂ ਪੁੱਛਦੇ ਵੀ ਤੁਸੀਂ ਦੱਸੋ ਤੁਹਾਡੀ ਅੰਤਮ ਇੱਛਾ ਕੀ ਆ? ਉਹ ਕਹਿੰਦੇ ਸਾਡੀ ਅੰਤਮ ਇੱਛਾ ਇਹ ਆ ਕਿ ਜਿਸ ਵੇਲੇ ਤੁਸੀਂ ਸਾਨੂੰ ਮਤਲਬ ਕਿ ਸ਼ਹੀਦ ਕਰਨ ਲੱਗੋ ਸਾਡਾ ਮੂੰਹ ਗੁਰੂ ਤੇਗ ਬਹਾਦਰ ਵੱਲ ਹੋਣਾ ਚਾਹੀਦਾ, ਹੋਰ ਕੁਛ ਨਹੀਂ ਸੀ ਮੰਗਿਆ ਉਹਨਾਂ ਨੇ। ਪਰ ਮਾਫ਼ ਕਰਨਾ, ਕੋਈ ਗੁੱਸਾ ਨਾ ਕਰਿਓ, ਕ੍ਰਿਸਚੈਨਿਟੀ ਦੇ ਵਿੱਚ ਆਮ ਤੌਰ 'ਤੇ 13 ਦੀ ਫਿਗਰ ਜਿਹੜੀ ਹੈਗੀ ਆ ਉਹ ਮਨਹੂਸ ਮੰਨੀ ਜਾਂਦੀ ਆ। ਉਹ ਰੀਜ਼ਨ ਇਹਦੇ ਪਿੱਛੇ ਇਹੀ ਹੈ ਕਿ ਜਿਸ ਵੇਲੇ ਈਸਾ ਮਸੀਹ ਨੂੰ ਸੂਲੀ 'ਤੇ ਟੰਗਣ ਲੱਗੇ ਸਨ ਤਾਂ ਉਸ ਵੇਲੇ 13 ਬੰਦਿਆਂ ਨੇ ਔਫਰ ਕੀਤਾ ਸੀ ਅਸੀਂ ਵੀ ਤੇਰੇ ਨਾਲ ਹੀ ਮਤਲਬ ਕਿ ਸੂਲੀ 'ਤੇ ਟੰਗੇ ਜਾਵਾਂਗੇ, ਪਰ ਜਦੋਂ ਉਹਨੂੰ ਸੂਲੀ 'ਤੇ ਟੰਗੇ ਜਾਣ ਦਾ ਸਮਾਂ ਆ ਉਹ 13-13 ਭੱਜ ਗਏ, ਕੋਈ ਨਹੀਂ ਡਿਬਿਆ ਨਾਲ। ਪਰ ਧੰਨ ਇਹ ਗੁਰੂ ਦੇ ਸਿੱਖ ਜਿਹੜੇ ਕਿ ਜੇ ਮੰਗਦੇ ਆ ਅੰਤਮ ਸਮੇਂ ਇਹੀ ਮੰਗਦੇ ਨੇ ਕਿ ਸਾਡਾ ਮੁੱਖ ਗੁਰੂ ਤੇਗ ਬਹਾਦਰ ਦੇ ਵੱਲ ਹੋਵੇ। ਹੁਣ ਇਹ ਮੰਗ ਉਹਨਾਂ ਨੇ ਕਿਸ ਬੇਸ 'ਤੇ ਮੰਗੀ? ਇਹਦਾ ਬੇਸ ਸੀ ਸ਼ਬਦ ਨਾਦ ਅਤੇ ਸ਼ਕਤੀ ਇਹਨਾਂ ਨੂੰ ਨਾਮ ਸਿਮਰਨ ਨੇ ਹੀ ਦਿੱਤੀ ਸੀਗੀ। ਦੂਜੀ ਗੱਲ ਮੈਂ ਕੰਗ ਸਾਹਿਬ ਨਾਲ ਪਹਿਲਾਂ ਮੈਂ ਕੀਤੀ ਸੀ ਸਵੇਰੇ, ਥੋੜ੍ਹੀ ਜਿਹੀ ਮੈਂ ਉਹਦੀ ਰੈਫਰੈਂਸ ਦਿੱਤੀ ਹੈ ਕਿ ਇਹ ਸ਼ਬਦ ਨਾਦ ਦਾ ਵਾਈਬ੍ਰੇਸ਼ਨ ਨਾਲ ਬੜਾ ਹੀ ਡੂੰਘਾ ਸੰਬੰਧ ਆ। ਅਸੀਂ 2017 ਸਾਲ ਜਿਹੜਾ ਹੈਗਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਦੇ ਤੌਰ ਦੇ ਉੱਤੇ ਸਾਰੇ ਜਗਤ ਵਿੱਚ ਮਨਾ ਰਹੇ ਹਾਂ, ਔਰ ਇਹਦੇ ਨਾਲ ਜਿਹੜਾ ਹੈ ਖਾਲਸਾ ਸਿਰਜਣਾ ਦਾ ਪ੍ਰਸੰਗ ਬਹੁਤ ਡੂੰਘਾ ਜੁੜਿਆ ਹੋਇਆ। ਮੈਂ ਬੀਂਗ ਏ ਟੀਚਰ, ਮੇਰੇ 'ਤੇ ਸਵਾਲ ਉੱਠਦੇ ਨੇ, ਕੰਗ ਸਾਹਿਬ 'ਤੇ ਉੱਠਦੇ ਹੋਣਗੇ, ਬਾਬਾ ਜੀ ਨੂੰ ਪੁੱਛਦੇ ਹੋਣਗੇ ਕਿ ਅਸੀਂ ਜੀ ਅੰਮ੍ਰਿਤ ਤਾਂ ਛਕਦੇ ਹਾਂ ਪਰ ਅਸਰ ਕੋਈ ਨਹੀਂ ਹੁੰਦਾ। ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਇੱਥੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਸ ਵੇਲੇ ਦਸਮ ਪਾਤਸ਼ਾਹ ਨੇ ਉਹ ਜਿਹੜਾ ਅੰਮ੍ਰਿਤ ਤਿਆਰ ਕੀਤਾ ਸੀ ਤਾਂ ਉਹ ਬਾਣੀ ਪੜ੍ਹਨ ਲੱਗਿਆ ਉਹਨਾਂ ਦੇ ਨੈਣਾਂ ਵਿੱਚੋਂ ਉਹ ਵਾਈਬ੍ਰੇਸ਼ਨ ਉਸ ਜਲ ਦੇ ਉੱਤੇ ਜਾ ਰਹੀ ਸੀ ਬਾਣੀ ਦੀ, ਉਸ ਬਾਣੀ ਨੇ ਉਸ ਨੂੰ ਅੰਮ੍ਰਿਤ ਬਣਾਇਆ ਸੀ, ਨਾ ਕਿ ਉਸ ਖੰਡੇ ਦੇ ਆਪਣਾ ਜਿਹੜੀ ਕਿਰਿਆ ਨੇ। ਅੱਜ ਵੀ ਜੇਕਰ ਉਸ ਮਤਲਬ ਕਿ ਸਿਰਜਣਾ ਵਾਲਾ, ਉਸ ਵਾਈਬ੍ਰੇਸ਼ਨ ਵਾਲਾ ਕੋਈ ਵੀ ਪੰਜ ਪਿਆਰਾ ਉਸ ਅੰਮ੍ਰਿਤ ਤਿਆਰ ਕਰਦਾ ਉਹਨੂੰ ਅੰਮ੍ਰਿਤ ਛਕਣ ਵਾਲਾ ਬਿਲਕੁਲ ਹੀ ਇਨਸਾਨ ਉਸੇ ਉਪਾਧੀ 'ਤੇ ਜਾ ਪਹੁੰਚੇਗਾ ਜਿੱਥੇ ਉਹ ਸਨ। ਸੋ ਇਹ ਨਾਮ ਸਿਮਰਨ ਦੀ ਹੀ ਜਿਹੜੀ ਹੈਗੀ ਹੈ ਸ਼ਕਤੀ ਹੈ ਜਿਹਨੇ ਕਿ ਉਸ ਖੰਡੇ ਬਾਟੇ ਪਤਾਸਿਆਂ ਵਾਲੇ ਪਾਣੀ ਨੂੰ ਅੰਮ੍ਰਿਤ ਬਣਾਇਆ ਸੀ। ਸ਼ਬਦ ਸਾਡੇ ਬਾਣੀ 'ਤੇ ਬਾਣਾ,
ਬਾਣੀ ਦੀ ਪ੍ਰਸੰਗਤਾ ਬਾਣੀ ਨਾਲ ਜੁੜੀ ਹੋਈ ਹੈ। ਉਸ ਬਾਣੀ ਵਿੱਚ ਉਹ ਬਾਣੀ ਦੀ ਝਲਕ ਜੇਕਰ ਨਹੀਂ ਆਉਂਦੀ ਤਾਂ ਉਹ ਬਾਣਾ ਬਾਣਾ ਨਹੀਂ ਹੁੰਦਾ, ਮਾਫ਼ ਕਰਨਾ, ਉਹ ਭੇਖ ਬਣ ਜਾਂਦਾ। ਉਹੀ ਹੈ ਨਾ, ਕਾਲੇ ਮੰਡੇ ਕੱਪੜੇ ਅਤੇ ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਹੈ ਦਰਵੇਸ਼। ਨਾਮੇ ਹੀ ਤੇ ਸਭ ਕੁਛ ਹੋਇਆ, ਨਾਮ ਤੋਂ ਬਿਨਾਂ ਕੁਛ ਨਹੀਂ ਹੈ, ਬਿਨ ਹਰ ਭਜਨ ਨਹੀਂ ਛੁਟਕਾਰਾ। ਉਸ ਹਰੀ ਦੇ ਭਜਨ ਤੋਂ ਬਿਨਾਂ, ਨਾਮ ਸਿਮਰਨ ਤੋਂ ਬਿਨਾਂ ਇਸ ਜੀਵਨ ਦੀ ਗਤੀ, ਇਸ ਜੀਵਨ ਦੀ ਮੁਕਤੀ ਨਹੀਂ ਹੋ ਸਕਦੀ। ਇਸ ਕਰਕੇ ਜਿਹੜੇ ਵਿਸ਼ਾ ਮੇਰੇ ਵੀਰ ਕੰਗ ਸਾਹਿਬ ਨੇ ਸ਼ਬਦ ਰਸਾਇਣ ਦਾ ਛੋਇਆ ਸੀ, ਇਹ ਵਾਕਈ ਸ਼ਬਦ ਰਸਾਇਣ ਇੰਨੀ ਸ਼ਕਤੀਸ਼ਾਲੀ ਹੈ, ਪਰ ਇਹ ਸ਼ਬਦ ਰਸਾਇਣ ਸ਼ਕਤੀਸ਼ਾਲੀ ਉਦੋਂ ਹੀ ਬਣੇਗੀ ਜਦੋਂ ਇਹਦਾ ਆਧਾਰ ਨਾਮ ਸਿਮਰਨ ਹੋਏਗਾ। ਨਾਮ ਸਿਮਰਨ ਹੀ ਇਸ ਸ਼ਬਦ ਰਸਾਇਣ ਨੂੰ ਸ਼ਕਤੀਸ਼ਾਲੀ ਬਣਾਉਂਦਾ, ਔਰ ਨਾਮ ਸਿਮਰਨ ਵਿੱਚੋਂ ਜਿਹੜੀ ਉਹ ਵਾਈਬ੍ਰੇਸ਼ਨ, ਉਹ ਜਿਹੜੀਆਂ ਕਿਰਨਾਂ ਨਿਕਲਦੀਆਂ ਨੇ, ਉਹ ਇਸ ਨੂੰ ਮਤਲਬ ਕਿ ਉਸ ਸਥਾਨ 'ਤੇ ਪਹੁੰਚਾਉਂਦੀਆਂ ਨੇ ਜਿੱਥੇ ਕਿ ਇਹ ਸਾਡੇ ਜੀਵਨ ਦੇ ਵਿੱਚ ਅਜਿਹਾ ਪਲਟਾ ਲਿਆਉਂਦਾ ਜਿਹਦੇ ਨਾਲ ਸਾਡਾ ਜੀਵਨ ਕੁਮਾਰਗ ਵੱਲੋਂ ਹਟ ਕੇ ਸੁਮਾਰਗ ਦਾ ਪੰਧੀ ਬਣ ਜਾਂਦਾ, ਔਰ ਲੋਕ ਸੁਖੀਏ ਪਰਲੋਕ ਸੇਲੇ ਤਾਂ ਹੀ ਹੋ ਸਕਦੇ ਨੇ ਜੇਕਰ ਅਸੀਂ ਇਸ ਸ਼ਬਦ ਰਸਾਇਣ ਨੂੰ ਨਾਮ ਸਿਮਰਨ ਦੇ ਉੱਤੇ ਆਧਾਰਿਤ ਗ੍ਰਹਿਣ ਕਰਨ ਵਾਸਤੇ ਆਪਣੇ ਕਦਮ ਵਧਾਵਾਂਗੇ। ਇਹ ਤਿੰਨੇ ਪੇਪਰ ਜਿਹੜੇ ਆਏ ਨੇ ਬਹੁਤ ਹੀ ਭਾਵਪੂਰਤ ਸਨ। ਪ੍ਰੋਫੈਸਰ ਵੀ ਕੇ ਸਿੰਘ ਹੋਰਾਂ ਦਾ ਇੰਗਲਿਸ਼ ਦਾ ਪੇਪਰ ਸੀ, ਮੈਂ ਸਮਝਦਾ ਕਿ ਜੋ ਇੱਕ ਸਟਰਕਚਰ ਯੂਨੀਵਰਸਿਟੀ ਸੈਮੀਨਾਰਸ ਦਾ ਹੁੰਦਾ ਉਹ ਸੰਗਤੀ ਸੈਮੀਨਾਰ ਦਾ ਥੋੜ੍ਹਾ ਸੁਣਾ ਹਟਵਾਂ ਹੁੰਦਾ ਹੈ। ਮੈਂ ਸਭ ਤੋਂ ਜ਼ਿਆਦਾ ਪਿੱਛੇ ਕਾਫੀ ਸਮੇਂ ਤੋਂ ਮੈਨੂੰ ਕਾਲਜਾਂ 'ਚ ਜਾ ਕੇ ਜਿਹੜੇ ਸੈਮੀਨਾਰ ਹੁੰਦੇ ਉਹਨਾਂ 'ਚ ਪੇਪਰ ਪੜ੍ਹਨ ਦਾ ਮੌਕਾ ਮਿਲਿਆ, ਔਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਇਹ ਜਿਹੜਾ ਹੈ ਸੈਮੀਨਾਰ ਕਲਚਰ, ਇਹ ਹੁਣ ਜਿਹੜਾ ਹੈਗਾ ਸੰਗਤੀ ਰੂਪ ਧਾਰਨ ਕਰਦਾ ਜਾ ਰਿਹਾ, ਕਿਉਂਕਿ ਉਹਨਾਂ ਸੈਮੀਨਾਰਾਂ ਦਾ ਉੱਥੇ ਯੂਨੀਵਰਸਿਟੀ ਪੱਧਰ 'ਤੇ ਵੀ ਪਰਪਸ ਇਹੀ ਹੁੰਦਾ ਕਿ ਅਸੀਂ ਆਪਣਾ ਜੋ ਕੁਛ ਅਸੀਂ ਪੜ੍ਹਿਆ ਲਿਖਿਆ ਹੈ ਉਹਨੂੰ ਮਤਲਬ ਜਿਹੜਾ ਹੈਗਾ ਆਮ ਜਨ ਸਧਾਰਨ ਤੱਕ ਪਹੁੰਚਾਈਏ। ਜੇ ਉਹ ਜਨ ਸਧਾਰਨ ਤੱਕ ਨਹੀਂ ਪਹੁੰਚਦਾ, ਸਿਰ ਦੇ ਉੱਤੋਂ ਦੀ ਹੀ ਲੰਘ ਜਾਂਦਾ, ਤਾਂ ਮਾਫ਼ ਕਰਿਓ, ਫਿਰ ਉਹ ਜਿਹੜਾ ਹੈਗਾ ਇੰਨਾ ਕਾਰਗਰ ਸਾਬਤ ਨਹੀਂ ਹੋ ਸਕਦਾ ਹੈ। ਇਸ ਲਈ ਸਾਡੀ ਜਿਹੜੀ ਕਮਿਊਨੀਕੇਸ਼ਨ ਸਕਿੱਲ ਹੈਗੀ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਸ਼ਬਦਾਵਲੀ ਇਹ ਹੋਣੀ ਚਾਹੀਦੀ ਹੈ ਜਿਹੜੀ ਕਿ ਸਿੱਧੀ ਜਾ ਕੇ ਦਿਲ ਨੂੰ ਟੁੰਬੇ। ਸੋ ਇਹ ਬਹੁਤ ਹੀ ਮੈਂ ਸਮਝਦਾ ਕਿ ਇਹ ਧੰਤਾ ਦੇ ਪਾਤਰ ਨੇ ਇੱਥੋਂ ਦੇ ਪ੍ਰਬੰਧਕ, ਜਿਨ੍ਹਾਂ ਨੇ ਕਿ ਇਹ ਉੱਦਮ ਕੀਤਾ ਹੈ ਕਿ ਇਸ ਜਿਹੜੇ ਬ੍ਰਹਮ ਵਿਚਾਰ ਹੈ, ਲੋਕ ਜਾਣੇ ਗੀਤ ਹੈ ਤੋਂ ਬ੍ਰਹਮ ਵਿਚਾਰ, ਇਸ ਬ੍ਰਹਮ ਵਿਚਾਰ ਨੂੰ ਲੋਕ ਦਿਲਾਂ ਤੱਕ, ਲੋਕ ਮਾਨਸਿਕਤਾ ਤੱਕ ਇਹਨੂੰ ਉਹਦਾ ਹਿੱਸਾ ਬਣਾਉਣ ਦਾ ਯਤਨ ਕੀਤਾ। ਅਰਦਾਸ ਹੈ ਕਿ ਪਰਮਾਤਮਾ ਇਹਨਾਂ ਨੂੰ ਹੋਰ ਸ਼ਕਤੀ ਬਖਸ਼ੇ, ਹੋਰ ਸਮਰੱਥਾ ਬਖਸ਼ੇ, ਤਾਂ ਕਿ ਇਹ ਇਸੇ ਤਰ੍ਹਾਂ ਹੀ ਇਸ ਜਨ ਜਨ ਦੀ ਸੇਵਾ ਕਰਦਿਆਂ ਹੋਇਆਂ ਉਸ ਬ੍ਰਹਮ ਗਿਆਨ ਨੂੰ ਜਨ ਕਲਿਆਣ ਦਾ ਹਿੱਸਾ ਬਣਾਉਣ ਦਾ ਪੂਰਾ ਪੂਰਾ ਯਤਨ ਕਰਨ। ਇਹਨਾਂ ਸ਼ਬਦਾਂ ਨਾਲ ਮੈਂ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕਰਦਾ, ਖਾਸ ਤੌਰ 'ਤੇ ਇਸ ਕਰਕੇ ਕਿ ਮੈਨੂੰ ਇਹਨਾਂ ਨੇ ਸਵੇਰੇ ਜਿੱਥੇ ਕੀਨੋਟ ਮੂਲ ਭਾਸ਼ਣ ਪੜ੍ਹਨ ਦਾ ਅਵਸਰ ਪ੍ਰਦਾਨ ਕੀਤਾ ਸੀ, ਹੁਣ ਪ੍ਰਧਾਨ ਬਣਨ ਦਾ ਵੀ ਮਾਣ ਦਿੱਤਾ। ਮੈਂ ਇਹਨਾਂ ਦੋਨਾਂ ਸਤਿਕਾਰਾਂ ਲਈ ਸਤਿਕਾਰਯੋਗ ਬਾਬਾ ਸੋਹਣ ਸਿੰਘ ਜੀ ਅਤੇ ਇੱਥੋਂ ਦੇ ਬਾਕੀ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ, ਖਾਸ ਤੌਰ 'ਤੇ ਅਜ਼ੀਜ਼ ਆਪਣੇ ਘੁੰਮਣ ਸਾਹਿਬ ਜਿਨ੍ਹਾਂ ਨੇ ਕਿ ਸਟੇਜ ਦਾ ਕੰਮ ਬਹੁਤ ਹੀ ਬਾਖੂਬੀ ਨਿਭਾਇਆ, ਉਹਨਾਂ ਦਾ ਵੀ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।